ਹੈਲੋ ਸੱਸੀ ਗੱਲ ਜੀ ਮੇਰਾ ਨਾਮ ਹੈ ਗਗਨਦੀਪ ਸੇਖੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਵੱਲੋਂ ਦੋਸਤੋ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਲੈਕਚਰ 1 ਅਤੇ ਲੈਕਚਰ 2 ਦੇ ਦਿੱਤਾ ਸੀ ਪੰਜਾਬੀ ਵਿਆਕਰਨ ਦੇ ਨਾਲ ਰਿਲੇਟਡ ਕੁਐਸਚਨਸ ਹਨ ਜੋ ਕਿ ਪੇਪਰ ਵਿੱਚ ਪੁੱਛੇ ਜਾ ਚੁੱਕੇ ਹਨ ਅਤੇ ਪੁੱਛੇ ਜਾ ਸਕਦੇ ਹਨ ਤਾਂ ਦੋਸਤੋ ਉਹਨਾਂ ਵੀਡੀਓਜ਼ ਨੂੰ ਜੇਕਰ ਨਹੀਂ ਦੇਖਿਆ ਤਾਂ ਜ਼ਰੂਰ ਦੇਖਣਾ ਬਹੁਤ ਇੰਪੋਰਟੈਂਟ ਵੀਡੀਓਜ਼ ਹਨ ਅਤੇ ਅੱਜ ਵਾਲੀ ਵੀਡੀਓ ਵੀ ਬਹੁਤ ਇੰਪੋਰਟੈਂਟ ਹੈ ਦੋਸਤੋ ਇਸ ਦੇ ਵਿੱਚ ਆਪਾਂ ਗੱਲ ਕੀਤੀ ਹੈ ਕਿ ਜੋ ਇਸ ਦੇ ਵਿੱਚ ਆਪਾਂ ਸੂਪਰ ਫਾਸਟ ਦਾ ਮਤਲਬ ਹੈ ਕਿ ਆਪਾਂ ਟਾਈਮ ਵੇਸਟ ਨਹੀਂ ਕਰਨਾ ਪੇਪਰ ਦੇ ਵਿੱਚ ਕੀ ਆ ਸਾਰੇ ਪੁੱਛੇ ਗਏ ਨੇ ਤੇ ਪੰਜਾਬੀ ਵਿਆਕਰਨ ਦੇ ਸਾਰੇ ਕੁਐਸਚਨ ਹੋਣਗੇ ਕੱਲ ਵੀ ਵੀਡੀਓ ਦੇ ਵਿੱਚ ਕਿਹਾ ਸੀ ਕਿ ਗੁਰੂਆਂ ਦੀ ਵੀਡੀਓ ਮੈਂ ਵੱਖਰੀ ਲੈ ਕੇ ਆਵਾਂਗਾ ਜੇਕਰ ਆਪਾਂ ਪੰਜਾਬ ਹਿਸਟਰੀ ਦੀ ਗੱਲ ਕਰੀ ਹੋਤੀ ਵੀਡੀਓ ਵੱਖਰੀ ਲੈ ਕੇ ਆਵਾਂਗਾ ਅਤੇ ਆਪਣੀ ਵਿਆਕਰਨ ਦੀ ਵੀਡੀਓ ਵੱਖਰੀ ਹੈ ਤਾਂ ਦੋਸਤੋ ਆਪਾਂ ਚੱਲਦੇ ਹਾਂ ਪਹਿਲੇ ਕੁਐਸਚਨ ਵੱਲ ਤਾਂ ਫਰਸਟ ਕੁਐਸਚਨ ਹੈ ਜੋ ਮਤਲਬ ਕਿ 10 ਕੁਐਸਚਨ ਮੈਂ ਪਹਿਲਾਂ ਕਰਵਾ ਦਿੱਤੇ ਸੀ ਤਾਂ ਅੱਜ 11ਵਾਂ ਕੁਐਸਚਨ ਕਰਾਵਾਂਗਾ ਤਾਂ ਇਸ ਦੇ ਵਿੱਚ ਉਹ ਕਹਿ ਰਿਹਾ ਹੈ ਕਿ ਉਹ ਸ਼ਬਦ ਜੋ ਕਿਰਿਆ ਦੀ ਵਿਸ਼ੇਸ਼ਤਾ ਦੇ ਨਾਲ-ਨਾਲ ਕੰਮ ਹੋਣ ਦਾ ਸਮਾਂ ਕਾਰਨ ਆਦਿ ਦੱਸੇ ਉਸ ਨੂੰ ਕੀ ਕਿਹਾ ਜਾਂਦਾ ਹੈ ਸ਼ਬਦ ਜੋ ਕਿਰਿਆ ਦੀ ਵਿਸ਼ੇਸ਼ਤਾ ਦੱਸੇ ਤਾਂ ਉਸ ਨੂੰ ਕੀ ਹੈ ਆਪਾਂ ਸਿੱਧਾ ਹੀ ਕਹਿ ਸਕਦੇ ਹਾਂ ਕਿਰਿਆ ਵਿਸ਼ੇਸ਼ਣ ਤੇ ਇਹ ਹੁੰਦੇ ਹਨ ਸਾਡੇ 8 ਪ੍ਰਕਾਰ ਦੇ ਦੋਸਤੋ ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਤਾਂ ਇਹ ਆਪਦੇ ਦਿਮਾਗ ਵਿੱਚ ਰੱਖਣਾ ਮਸਤਕ ਵਿੱਚ ਰੱਖਣਾ ਦੋਸਤੋ ਆਪਾਂ ਨੈਕਸਟ ਕੁਐਸਚਨ ਤੇ ਚੱਲਦੇ ਹਾਂ ਅਗਲਾ ਕੁਐਸਚਨ ਕਹਿੰਦਾ ਹੈ ਉਹ ਸ਼ਬਦ ਜੋ ਨਾਮ ਜਾਂ ਪਰਨਾਮ ਜਾਂ ਉਹ ਸ਼ਬਦ ਜੋ ਨਾਮ ਜਾਂ ਪਰਨਾਮ ਦਾ ਇੱਕ ਦੂਜੇ ਨਾਲ ਜਾਂ ਹੋਰ ਨਾਲ ਸਬੰਧ ਜੋੜਨ ਉਹਨਾਂ ਨੂੰ ਕੀ ਕਹਿੰਦਾ ਹੈ ਤਾਂ ਬਹੁਤ ਕਨਫਿਊਜ਼ਿੰਗ ਕੁਐਸਚਨ ਹੈ ਦੋਸਤੋ ਦੇਖੋ ਇਸ ਦੇ ਵਿੱਚ ਅਸੀਂ ਕੀਵਰਡ ਕੀ ਦੇਖਿਆ ਸ਼ਬਦ ਦੇਖਿਆ ਤਾਂ ਸ਼ਬਦ ਦੀ ਗੱਲ ਹੋਈ ਹੈ ਤੇ ਜਦੋਂ ਵੀ ਸ਼ਬਦ ਦੀ ਗੱਲ ਹੋਊਗੀ ਤਾਂ ਸਬੰਧਕ ਦੀ ਗੱਲ ਹੋਊਗੀ ਜੇਕਰ ਕਹਿ ਰਿਹਾ ਹੈ ਕਿ ਬਿੱਲੀ ਮੇਜ਼ ਉੱਤੋਂ ਛਾਲ ਮਾਰ ਰਹੀ ਹੈ ਤਾਂ ਉੱਤੋਂ ਕੀ ਆ ਗਿਆ ਉੱਥੇ ਸਬੰਧ ਕਾ ਗਿਆ ਸਬੰਧ ਜੋੜ ਰਿਹਾ ਹੈ ਸ਼ਬਦ ਸ਼ਬਦ ਦਾ ਬਿੱਲੀ ਤੇ ਮੇਜ ਦੋ ਕੀ ਆ ਸ਼ਬਦ ਹੋਗੇ ਤਾਂ ਦੋਸਤੋ ਆਈ ਹੋਪ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਆਪਾਂ ਉਸ ਤੋਂ ਅੱਗੇ ਚੱਲ ਗਏ ਤਾਂ ਅਗਲਾ ਕੁਐਸਚਨ ਕਹਿੰਦਾ ਹੈ ਉਹ ਸ਼ਬਦ ਜੋ ਵਾਕਾਂ ਜਾਂ ਸਬੰਧਾਂ ਨੂੰ ਆਪਸ ਵਿੱਚ ਜੋੜਨ ਉਹ ਸ਼ਬਦ ਜੋ ਵਾਕਾਂ ਜਾਂ ਸ਼ਬਦਾਂ ਨੂੰ ਆਪਸ ਵਿੱਚ ਜੋੜਨ ਨੂੰ ਕੀ ਕਿਹਾ ਜਾਂਦਾ ਹੈ ਤਾਂ ਦੇਖੋ ਕਨਫਿਊਜ਼ਨ ਕਿਉਂ ਹੈ ਕਿਉਂਕਿ ਉਹ ਸ਼ਬਦ ਗਾਲ ਦਾ ਸ਼ਬਦੀ ਹੋਈ ਹੈ ਬਟ ਕੀ ਕਰ ਰਿਹਾ ਉਹ ਵਾਕਾਂ ਜਾਂ ਸ਼ਬਦਾਂ ਨੂੰ ਜੋੜ ਰਿਹਾ ਸ਼ਬਦ ਨੂੰ ਨਹੀਂ ਜੋੜ ਰਿਹਾ ਤਾਂ ਸਾਰੇ ਕਨਫਿਊਜ਼ ਹੋ ਜਾਂਦੇ ਹਨ ਤਾਂ ਇਸ ਨੂੰ ਕੀ ਕਹਿੰਦੇ ਹਨ ਜੋਜੇ ਕਹਿੰਦੇ ਹਨ ਮਤਲਬ ਕਿ ਇਹ ਦੋ ਵਾਕਾਂ ਜਾਂ ਸ਼ਬਦਾਂ ਤੋਂ ਵਾਕ ਬਣਦਾ ਹੈ ਤਾਂ ਉਹਨਾਂ ਨੂੰ ਜੋੜਨ ਤਾਂ ਉਸ ਨੂੰ ਕੀ ਕਹਿੰਦੇ ਹਨ ਜੋਜੇ ਕਹਿੰਦੇ ਹਨ ਦੋਸਤੋ ਇਹਦੇ ਵਿੱਚ ਕਿਰਿਆ ਹੈ ਕਿਰਿਆ ਕੀ ਹੈ ਆਪਣੀ ਦੋ ਹੀ ਹੁੰਦੀ ਹੈ ਇਸ ਕਰਮ ਕ ਕਰਮ ਕਿਰਿਆ ਹੁੰਦੀ ਹੈ ਵਿਸ਼ੇਸ਼ਣ ਜੋ ਹਨ ਕੱਲ ਮੈਂ ਤੁਹਾਨੂੰ ਟ੍ਰਿਕ ਦੱਸੀ ਸੀ 565 ਤਾਂ ਪੰਜ ਤਰ੍ਹਾਂ ਦੇ ਇਸ ਦੀਆਂ ਕਿਸਮਾਂ ਹੁੰਦੀਆਂ ਹਨ ਸੰਬੰਧਕ ਯੋਜਕ ਇਹ ਤੱਕ ਹੀ ਆ ਗਿਆ ਬੱਕਰੀਆਂ ਆ ਗਿਆ ਤਾਂ ਉਸ ਤੋਂ ਅੱਗੇ ਚੱਲ ਗਏ ਦੋਸਤੋ ਆਪਾਂ ਨੈਕਸਟ ਕੁਐਸਚਨ ਵੱਲ ਉਹ ਸ਼ਬਦ ਜੋ ਦਿਲ ਦੀ ਖੁਸ਼ੀ ਗਮੀ ਹੈਰਾਨੀ ਆਦਿ ਭਾਵ ਪ੍ਰਗਟ ਕਰਨ ਲਈ ਆ ਮੁਹਾਰੇ ਹੀ ਮੂੰਹੋਂ ਨਿਕਲਣਾ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ ਵਿਸਮਕ ਕਿਹਾ ਜਾਂਦਾ ਹੈ ਇਸ ਦਾ ਆਨਸਰ ਕੀ ਆ ਗਿਆ ਵਿਸਮਕ ਆ ਗਿਆ ਵਿਸਮਕ ਸਾਡੇ ਸਭ ਤੋਂ ਬਾਅਦ ਕਿਸਮਾਂ ਇਸ ਦੀਆਂ ਹੁੰਦੀਆਂ ਹਨ ਨੌ ਕਿਸਮਾਂ ਹੁੰਦੀਆਂ ਹਨ ਯਾਦ ਰੱਖਣਾ ਹੈ ਪ੍ਰਨਾਮ ਦੀਆਂ 6 ਕਿਸਮਾਂ ਹੁੰਦੀਆਂ ਹਨ ਤੇ ਯੋਜਕ ਤੇ ਸਬੰਧਕ ਤਾਂ ਕੀ ਹੈ ਅਸੀਂ ਵਿੱਚ ਪੜ੍ਹਨਾ ਹੀ ਨਹੀਂ ਹੈ ਉਹਨਾਂ ਦੀਆਂ ਕੋਈ ਕਿਸਮਾਂ ਨਹੀਂ ਹੁੰਦੀਆਂ ਉਸ ਤੱਕ ਹੀ ਚੱਲ ਗਏ ਤਾਂ ਜਿਹੜੇ ਸ਼ਬਦ ਇੱਕੋ ਸ਼੍ਰੇਣੀ ਦੀਆਂ ਸਾਰੀਆਂ ਚੀਜ਼ਾਂ ਲਈ ਵਰਤੇ ਜਾਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਇੱਕੋ ਸ਼੍ਰੇਣੀ ਦੀਆਂ ਕੀ ਹੈ ਵੱਖ-ਵੱਖ ਉਹਨਾਂ ਲਈ ਵਰਤੇ ਜਾਂਦੇ ਆ ਤਾਂ ਉਹਨਾਂ ਨੂੰ ਕੀ ਹੈ ਇੱਕੋ ਸ਼੍ਰੇਣੀ ਦੀਆਂ ਤਾਂ ਉਹਨਾਂ ਨੂੰ ਕਹਿ ਦਿੰਨੇ ਆ ਅਸੀਂ ਇਕਾਠਵਚਕ ਕਹਿ ਦਿੰਨੇ ਆ ਇਕਾਠਵਚਕ ਨਾਮ ਤਾਂ ਦੋਸਤੋ ਭਾਵਾਚਕ ਨਾਮ ਭਾਵਾਚਕ ਨਾਮ ਨੂੰ ਕਦੇ ਵੀ ਕੀ ਹੈ ਬਹੁਵਚਨ ਨਹੀਂ ਬਣਾਇਆ ਜਾ ਸਕਦਾ ਪੇਪਰ ਚ ਆਵੇਗਾ ਤਾਂ ਇਸ ਨੂੰ ਬਹੁਵਚਨ ਨਹੀਂ ਬਣਾਇਆ ਜਾ ਸਕਦਾ ਭਾਵਾਚਕ ਜੇਕਰ ਈਮਾਨਦਾਰ ਹੈ ਤਾਂ ਈਮਾਨਦਾਰੀਆਂ ਨਹੀਂ ਆ ਸਕੇਗਾ ਉਹ ਈਮਾਨਦਾਰ ਹੀ ਰਹੇਗਾ ਤਾਂ ਅਗਲੇ ਕੁਐਸਚਨ ਵੱਲ ਚਲੀਏ ਤਾਂ ਅਗਲਾ ਕੁਐਸਚਨ ਕਹਿੰਦਾ ਹੈ ਜਿਹੜੇ ਸ਼ਬਦ ਕਿਸੇ ਖਾਸ ਪੁਰਖ ਜਾਂ ਸਥਾਨ ਲਈ ਵਰਤੇ ਜਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਤਾਂ ਉਹਨਾਂ ਨੂੰ ਕਿਹਾ ਜਾਂਦਾ ਹੈ ਖਾਸ ਨਾਮ ਕਿਹਾ ਜਾਂਦਾ ਹੈ ਕਿਉਂਕਿ ਜੇਕਰ ਕਿਸੇ ਵੀ ਬੰਦੇ ਦਾ ਨਾਮ ਹੁੰਦਾ ਹੈ ਜਾਂ ਕਿਸੇ ਜਗ੍ਹਾ ਦਾ ਨਾਮ ਹੁੰਦਾ ਤਾਂ ਉਹ ਕੀ ਆਪਣੇ ਆਪ ਵਿੱਚ ਖਾਸ ਹੈ ਆਮ ਕਿਹੜਾ ਹੁੰਦਾ ਹੈ ਜੇਕਰ ਬੰਦੇ ਕਹਿ ਦਿੱਤਾ ਜਾਂ ਸ਼ਹਿਰ ਕਹਿ ਦਿੱਤਾ ਸ਼ਹਿਰ ਦਾ ਨਾਮ ਤਾਂ ਨਹੀਂ ਰਿਪਰੈਜ਼ੈਂਟ ਕਰ ਰਿਹਾ ਬਟ ਸ਼ਹਿਰਾਂ ਕਹਿ ਰਿਹਾ ਪਤਾ ਨਹੀਂ ਕਿੰਨੇ ਕੁ ਆ ਰਹੇ ਹਨ ਸ਼ਹਿਰ ਆ ਰਹੇ ਹਨ ਤਾਂ ਆਪਣਾ ਹੀ ਪਤਾ ਤਾਂ ਉਹ ਗਿਆਮ ਨਾਮ ਹੋ ਗਿਆ ਅਗਲਾ ਕੁਐਸਚਨ ਕਹਿੰਦੇ ਆ ਕਹਿੰਦਾ ਹੈ ਜਿਹੜੇ ਸ਼ਬਦ ਇੱਕੋ ਤਰ੍ਹਾਂ ਦੀਆਂ ਚੀਜ਼ਾਂ ਦੇ ਇਕੱਠ ਲਈ ਵਰਤੇ ਜਾਣ ਉਹਨਾਂ ਨੂੰ ਕੀ ਕਹਿਆ ਜਾਂਦਾ ਹੈ ਤਾਂ ਇੱਕੋ ਤਰ੍ਹਾਂ ਦੀਆਂ ਚੀਜ਼ਾਂ ਲਈ ਵਰਤੇ ਜਾਂਦੇ ਉਹਨਾਂ ਨੂੰ ਵੀ ਕੀ ਕਿਹਾ ਜਾਂਦਾ ਹੈ ਇਕਾਠ ਵਾਚਕ ਕਿਹਾ ਜਾਂਦਾ ਹੈ ਇਕਾਠ ਵਾਚਕ ਕੀ ਆ ਗਿਆ ਇਸ ਦਾ ਆਨਸਰ ਆ ਗਿਆ ਦੋਸਤੋ ਇਕਾਠ ਵਾਚਕ ਉਸ ਤੋਂ ਅਗਲਾ ਕੁਐਸਚਨ ਹੈ ਜੋ ਸਾਡਾ ਕਹਿੰਦਾ ਹੈ ਕਿ ਜਿਹੜੇ ਸ਼ਬਦ ਤ올ੀਆਂ ਜਾਣ ਵਾਲੀਆਂ ਜਾਂ ਮਿਣੀਆਂ ਜਾਣ ਵਾਲੀਆਂ ਚੀਜ਼ਾਂ ਲਈ ਵਰਤੇ ਜਾਂਦੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਤਾਂ ਤ올ੀਆਂ ਜਾਂ ਮਿਣੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਕੀ ਕਿਹਾ ਜਾਂਦਾ ਸਾਨੂੰ ਪਤਾ ਹੈ ਕਿ ਵਸਤੂ ਵਾਚਕ ਕਿਹਾ ਜਾਂਦਾ ਹੈ ਇਹ ਸਾਰੀਆਂ ਨਾਮ ਦੀਆਂ ਹੀ ਕਿਸਮਾਂ ਹਨ ਦੋਸਤੋ ਤੁਸੀਂ ਸਾਰੀਆਂ ਕਿਸਮਾਂ ਨੂੰ ਯਾਦ ਕਰਕੇ ਜਾਣਾ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਨਾਲ ਪੜ੍ਹ ਕੇ ਜਾਣਾ ਜਿਹੜੇ ਸ਼ਬਦ ਮਹਿਸੂਸ ਕਰਨ ਵਾਲੀਆਂ ਚੀਜ਼ਾਂ ਲਈ ਵਰਤੇ ਜਾਂਨ ਤਾਂ ਉਹ ਕੀ ਹੁੰਦਾ ਹੈ ਸਾਡਾ ਭਾਵਾਚਕ ਹੁੰਦਾ ਹੈ ਭਾਵਾਚਕ ਦਾ ਕੀ ਮਤਲਬ ਕਿਹਾ ਬਹੁਵਚਨ ਨਹੀਂ ਬਣ ਸਕਦਾ ਤਾਂ ਇਹ ਯਾਦ ਰੱਖਣੀ ਹੈ ਪੱਲੇ ਬੰਨ ਲਓ ਦੋਸਤੋ ਇਹ ਕੁਐਸਚਨ ਆਵੇਗਾ ਹੀ ਆਵੇਗਾ ਵਸਤੂਵਾਚਕ ਆਮ ਨਾਮ ਖਾਸ ਨਾਮ ਇਹ ਤਾਂ ਕੀ ਹੈ ਸਾਨੂੰ ਪਤਾ ਹੀ ਹੁੰਦੇ ਹਨ ਤਾਂ ਇਹ ਸਨਕੀ ਜੀ ਵੀਡੀਓ ਅਤੇ ਸੂਪਰ ਫਾਸਟ ਇਸ ਕਰਕੇ ਕਿਹਾ ਹੈ ਕਿਉਂਕਿ ਇਸ ਦੇ ਵਿੱਚ ਕੀ ਹੈ ਮੈਂ ਸੂਪਰ ਫਾਸਟ ਦੱਸਿਆ ਹੈ ਤੁਹਾਨੂੰ ਕੋਈ ਜ਼ਿਆਦਾ ਟਾਈਮ ਨਹੀਂ ਲਿਆ ਤਾਂ ਇਹ ਕੁਐਸਚਨ ਆਉਣਗੇ ਤਾਂ ਦੋਸਤੋ ਵੀਡੀਓ ਦੇ ਸਾਰੇ ਕੁਐਸਚਨ ਚੰਗੀ ਤਰ੍ਹਾਂ ਨਾਲ ਕਰ ਲਓ ਤਾਂ ਜੋ ਤੁਸੀਂ ਪੰਜਾਬੀ ਦਾ ਪੇਪਰ ਹੈ ਬਹੁਤ इजीली ਕ੍ਰੈਕ ਕਰ ਸਕੋਗੇ ਉਸ ਤੋਂ ਬਾਅਦ ਗਵਰਨਮੈਂਟ ਜੌਬ ਦਾ ਪੇਪਰ ਦੇ ਸਕੋਗੇ ਸੋ ਸੱਚੀ ਗੱਲ ਜੀ